भाई गार्लिक डाला इसमें, जिंजर डाला इसमें, और क्या बात, हो सब्जियाँ बढ़ गया भाई, क्या बात। ये है भाई पापा स्पेशल चाइनीज की नूडल, गुड। योर गुड नेम? केशव। केशव, तो केशव जी आप कहाँ से जॉब करने आए यहाँ पे? नेपाल से। नेपाल से, कितना साल का एक्सपीरियंस है अपना? 22 साल का एक्सपीरियंस है किशन जी को, और किशन जी बना रहे हैं यहाँ पे पापा स्पेशल चाउमीन। और मेरे एक व्यूअर ने मुझे बोला था स्पेशली कि यार जो फूड बनाता है ना उसके बारे में ज़रूर बात किया करो, तो यहाँ पे ये भैया फूड बना रहे हैं और नेपाल से आए हैं भैया ये। तो आई थिंक मेरा वो सब्सक्राइबर आज खुश हो गया होगा भाई कि शुरू कर दिया हमने बात करना। तो आप कैसे बोल रहे हैं? हेलो दोस्तों। हेलो दोस्तों, कैसे हो? मजे में? मजे में चाहिए भाई, मुझे तो शुरू ही नहीं करने दिया भाई ने। तो गॉड ब्लेस यू ब्रदर सिस्टर्स, मौज लो रोज लो, ना मिले तो सरदार जी की वीडियो देख लो। तो सरदार जी कहाँ हैं आज? पापा चाइनीज फूड। क्या बात है, तो यहाँ पे टोटली प्योर वेज आपको चाइनीज मिलने वाला है दोस्तों, और तंदूरी मोमोज मिलने वाले हैं, कुरकुरे मोमोज मिलने वाले हैं। दोस्तों देखते हैं ये किस तरह से प्रिपरेशन करते हैं और किस तरह से बनाते हैं, तो चलिए चलते हैं फिर पापा चाइनीज फूड की तरफ। सस्तीकाल वीर जी। सस्तीकाल। सबसे पहले अपना शुभ नाम दसो भाई। सर मेरा नाम है मनजीत सिंह। मनजीत सिंह, हां जी। ते वीर जी कितना टाइम हो गया आपने अपने काम करते हुए? वीर जी मैं पापा चाइनीज फूड का ब्रांड ओनर हैगा, अपने नु कम टाइम हो गया, अब तकरीबन 8 साल हो गए ने। अच्छा जी। आ मेरा छोटा ब्रदर हैगा। सस्तीकाल जी। अच्छा, ते आई हैंडल करता हैगा पश्चिम विहार दी ब्रांच जेड़ी हैगी है, ओवरऑल हरविंदर सिंह ही हैंडल करता हैगा। ओके ओके ओके। सानू तकरीबन 8 साल हो गए लगे भाजी। और भाजी एक और दसो गल कि तुसी जेड़े मोमोज
ਬਣਾਏ ਸੀਗੇ ਉਹਨੇ ਆਪਾਂ ਦੇਖੇ ਜਿਹੜੇ ਮੋਮੋਸ ਤੁਸੀਂ ਬਣਾ ਰਹੇ ਸੀ ਇਹਦੇ ਚ ਕੀ ਤੁਸੀਂ ਇਤਿਆਦ ਵਰਤਦੇ ਹੋ ਬੇਸਿਕਲੀ ਇਸ ਅੰਦਰ ਓਨੀਅਨ ਪੰਦੇ ਹੈਗੇ ਨੇ ਹੋਰ ਜਗ੍ਹਾ ਤੁਸੀਂ ਮੋਮੋਸ ਖਾਓਗੇ ਪਨੀਰ ਮੋਮੋਸ ਤੁਸੀਂ ਅਗਰ ਖਾ ਰਹੇਗੇ ਉਹ ਤਾਂ ਤੁਹਾਨੂੰ ਪਨੀਰ ਸਿਰਫ ਦੇਖਣ ਨੂੰ ਮਿਲੇਗਾ ਹਾਂਜੀ ਹਾਂਜੀ ਤੇ ਇਜ਼ੀ ਰੈਸਿਪੀ ਦੇ ਅੰਦਰ ਸਾਡਾ ਕੀ ਹੈਗਾ ਬੇਸਿਕਲੀ ਮੇਨ ਕਨਸੈਂਟਰੇਟ ਅਸੀਂ ਕਰਦੇ ਹੈਗੇ ਪਨੀਰ ਦੇ ਅੰਦਰ ਪਨੀਰ ਐਂਡ ਓਨੀਅਨ ਬਾਕੀ ਸਪੈਸ਼ਲ ਸਪਾਈਸਿਸ ਕੀ ਬਾਤ ਹੈ ਤੇ ਇਹਨੂੰ ਮੈਰੀਨੇਟ ਕਿਸ ਨਾਲ ਕਰਦੇ ਹੋ ਔਰੇਂਜ ਔਰੇਂਜ ਕੀ ਚੀਜ਼ ਹੈਗੀ ਜਿਹੜਾ ਬਿਟਰ ਹੈਗਾ ਸੀਗਾ ਉਹ ਬੇਸਿਕਲੀ ਕੌਨਫਲਾਰ ਔਰ ਮੈਦੇ ਨਾਲ ਬਣਦਾ ਹੈਗਾ ਅੱਛਾ 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 ਤੇ ਉਸ ਦੇ ਅੰਦਰ ਸਪਾਈਸਿਸ ਕੁਝ ਪੈਂਦੇ ਹੈਗੇ ਨੇ ਉਸ ਆਫਟਰ ਡੈਡੀ ਦੀ ਕੋਟਿੰਗ ਕੀਤੀ ਜਾਂਦੀ ਹੈਗੀ ਹੈ ਕੌਨਫਲੈਕਸ ਦੇ ਨਾਲ ਹਾਂ ਠੀਕ ਹੈ ਜੀ ਆਫਟਰ ਡੈਡੀ ਨੂੰ ਡੀਪ ਫਰਾਈ ਕੀਤਾ ਜਾਂਦਾ ਹੈਗਾ ਸਰਵ ਵਿਦ ਹੌਟ ਗਾਰਲਿਕ ਸੌਸ ਐਂਡ ਮਿਓਨੀਸ ਕੀ ਬਾਤ ਹੈ ਕੀ ਬਾਤ ਬਾਕੀ ਪਿਆਰ ਬਾਕੀ ਪਿਆਰ ਤੇ ਬੇਸ਼ੁਮਾਰ ਕੋਈ ਦਿੱਕਤ ਹੀ ਨਹੀਂ ਹੈ ਤੇ ਮਤਲਬ ਇਸ ਤਰ੍ਹਾਂ ਸੇ ਤੁਸੀਂ ਅੱਛਾ ਮੋਮੋ ਦੀ ਪੂਰੀ ਮੈਨੂਫੈਕਚਰਿੰਗ ਆਪਣੇ ਕੋਲ ਹੈ ਮਤਲਬ ਬਿਲਕੁਲ ਸਰ ਆਪਣੇ ਖੁਦ ਦੀ ਮੇਕਿੰਗ ਹੈਗੀ ਹੈ ਅੱਛਾ ਜਿਵੇਂ ਆਪਾਂ ਦੇਖੀਏ ਉਸ ਤਰ੍ਹਾਂ ਬਣਾਉਂਦੇ ਹੋ ਬਿਲਕੁਲ ਸਰ ਕੀ ਬਾਤ ਹੈ ਵੀਰ ਜੀ ਅੱਛਾ ਇੱਕ ਵੀਰ ਜੀ ਜੇ ਸਪੈਸ਼ਲ ਆਈਟਮ ਦੇਖੀ ਮੈਂ ਮੋਮੋ ਦੀ ਮਨਚੂਰੀਅਨ ਵਾਲੀ ਇਹਦਾ ਕੀ ਥੋੜਾ ਜਿਹਾ ਦੱਸੋ ਕਿ ਮਤਲਬ ਕਿਦਾਂ ਆਇਆ ਕਿ ਇਹਨੂੰ ਮਨਚੂਰੀਅਨ ਦੀ ਗ੍ਰੇਵੀ ਵਿੱਚ ਬਣਾ ਦਈਏ ਐਕਚੁਅਲੀ ਸਰ ਇੱਕ ਕਸਟਮਰ ਹੈਗਾ ਸੀਗਾ ਤੇ ਕਸਟਮਰ ਨੇ ਕਿਹਾ ਯਾਰ ਮੈਨੂੰ ਨਾ ਮੋਮੋਸ ਖਾਣੇ ਆ ਬਟ ਡਿਫਰੈਂਟ ਵੈਰਾਈਟੀ ਦੇ ਖਾਣੇ ਆ ਅੱਛਾ ਤੋ ਆਪ ਨਾ ਮੈਨੂੰ ਮਨਚੂਰੀਅਨ ਕੇ ਮਸਾਲੇ ਕੇ ਅੰਦਰ ਨਾ ਮੋਮੋਸ ਬਣਾ ਕੇ ਦੋ ਕੀ ਬਾਤ ਹੈ ਇਹ ਰੈਸਿਪੀ ਜੋ ਲਾਂਚ ਹੋਈ ਹੈ ਇਹ ਲਾਂਚ ਕਰਵਾਈ ਗਈ ਹੈ ਕਸਟਮਰ ਕੇ ਥਰੂ ਕਸਟਮਰ ਕੇ ਥਰੂ ਫੇਵਰਿਟ ਕਸਟਮਰ ਕੀ ਬਾਤ ਹੈ ਆਪਕੇ ਆਗੇ ਜੋ ਵੈਜ ਸਪੈਸ਼ਲ ਨੂਡਲਸ ਉਸਮੇ ਕੀ ਖਾਸ ਬਾਤ ਹੈ ਸਰ ਸਪੈਸ਼ਲ ਨੂਡਲਸ ਫਸਟ ਆਫ ਆਲ ਕੋਈ ਵੀ ਨੂਡਲ ਜਾਂ ਕੋਈ ਵੀ ਫ੍ਰਾਈਡ ਰਾਈਸ ਹਮਾਰੇ ਯਹਾਂ ਸੇ ਲੇਂਗੇ ਆਪ ਉਸ ਹਮ ਉਸਮੇ ਕੈਬੇਜ ਯੂਜ਼ ਨਹੀਂ ਕਰਤੇ ਹੈ ਫਸਟ ਆਫ ਆਲ ਕੀ ਬਾਤ ਹੈ ਜੋ ਕਿ ਕਾਸਟ ਰਿਡਿਊਸ ਕਰਤੇ ਹੈ ਬਟ ਸਟਿਲ ਹਮ ਇਸਕੋ ਯੂਜ਼ ਨਹੀਂ ਕਰਤੇ ਕਿਉਂਕਿ ਮੈਂ ਕੁਝ ਜੋ ਚੀਜ਼ ਖਾਣਾ ਪਸੰਦ ਨਹੀਂ ਕਰਤਾ ਮੈਂ ਕਿਸੇ ਕੋ ਖਿਲਾਣਾ ਪਸੰਦ ਨਹੀਂ ਕਰਤਾ ਕੀ ਬਾਤ ਹੈ ਬਹੁਤ ਬੜੀ ਬਾਤ ਕਹੀ ਹੈ ਭਈਆ ਨੇ ਔਰ ਬਹੁਤ ਬੜੀਆ ਲਗਾ ਭਾਈ ਤੁਹਾਡੇ ਨਾਲ ਗੱਲ ਕਰਕੇ ਔਰ ਤੁਹਾਡੇ ਨਾਲ ਆ ਕੇ ਔਰ ਇੱਥੇ ਮਿਲ ਕੇ ਭਈਆ ਕੇ ਸਾਥ ਮਤਲਬ ਬਾਤੇ ਕਰਕੇ ਆਪਕੋ ਵੀ ਲਗਾ ਹੋਗਾ ਕਿ ਯਾਰ ਮਤਲਬ ਇੱਕ ਆਪਣਾਪਨ ਹੈ ਤੋ ਆਪ ਆਏ ਇੱਕ ਵਾਰੀ ਯਹਾਂ ਪੇ ਔਰ ਭਈਆ ਸੇ ਮਿਲੇ ਜ਼ਿਆਦਾਤਰ ਇਹ ਭਈਆ ਮਿਲਤੇ ਹਮੇ ਅਰਵਿੰਦਰ ਜੀ ਯਹਾਂ ਪੇ ਬਾਤ ਹੈ ਥੈਂਕ ਯੂ ਭਾਈ ਦੋਸਤੋ ਹਮਾਰਾ ਫੂਡ ਆ ਗਿਆ ਹੈ ਔਰ ਇਤਨਾ ਟੈਂਪਟਿੰਗ ਸਾ ਫੂਡ ਹੈ ਯਹਾਂ ਪੇ ਸਪੈਸ਼ਲ ਨੂਡਲਸ ਹੈ ਪਾਪਾ ਚਾਈਨੀਜ਼ ਫੂਡ ਕੀ ਔਰ ਮਨਚੂਰੀਅਨ ਮੋਮੋਸ ਔਰ ਇਹ ਕੁਰਕੁਰੇ ਮੋਮੋਸ ਔਰ ਇਹ ਹਮਾਰੇ ਤੰਦੂਰੀ ਮੋਮੋਸ ਔਰ ਮੈਨੇ ਆਪਕੋ ਦਿਖਾਇਆ ਵੀ ਹੈ ਕਿ ਕਿਸ ਤਰ੍ਹਾਂ ਸੇ ਇਹ ਮੋਮੋਸ ਬਣਾਤੇ ਹੈ ਤੋ ਭਾਈ ਕੌਨ ਸਾ ਟਰਾਈ ਕਰੇਗਾ ਪਹਿਲੇ ਮਨਚੂਰੀਅਨ ਓਏ ਹੋਏ 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 ਚਲ ਭਾਈ ਤੋ ਇਹ ਭਾਈ ਪਹਿਲੇ ਮਨਚੂਰੀਅਨ ਟਰਾਈ ਕਰੇਂਗੇ ਤੋ ਆਪ ਮਨਚੂਰੀਅਨ ਮੋਮੋ ਟਰਾਈ ਕਰੋ ਮੈਂ ਕੁਰਕੁਰਾ ਮੋਮੋ ਟਰਾਈ ਕਰਤਾ ਹੂੰ ਔਰ ਇਹ ਇਹਨਾਂ ਨੇ ਮਿਊਨਿਸ ਦੀ ਹੈ ਸਾਥ ਮੈਂ ਔਰ ਇੱਕ ਡਿਪ ਦੀ ਹੈ ਬੜਾ ਮਜ਼ਾ ਆ ਰਿਹਾ ਬਹੁਤ ਅੱਛਾ ਕਿਆ ਇਸਕੇ ਅੰਦਰ ਔਰ ਇਹ ਬਹੁਤ ਸੌਫਟ ਹੈ ਸੌਫਟ ਵੀ ਹੈ ਔਰ ਇਸਮੇ ਡਾਲਾ ਕਿਆ ਕਿਆ ਹੋਇਆ ਹੈ ਇਸਕੇ ਤਾਂ ਧਨੀਆ ਡਾਲਾ ਹੈ ਔਰ ਪਿਆਜ਼ ਵੀ ਡਾਲਾ ਹੈ ਪਿਆਜ਼ ਡਾਲਾ ਔਰ ਇੱਕ ਚਟਨੀ ਹੈ ਇਹ ਚਟਨੀ ਹੈ ਤੋ ਦੋਸਤੋ ਮੈਨੇ ਕੁਰਕੁਰੇ ਮੋਮੋ ਟਰਾਈ ਕੀਆ ਹੈ ਬਹੁਤ ਸੌਫਟ ਹੈ ਅੰਦਰ ਸੇ ਇਸਕੇ ਇਨਗ੍ਰੀਡਸ ਮੈਨੇ ਆਪਕੋ ਦਿਖਾਇਆ ਕਿਤਨੇ ਪਿਆਰ ਸੇ ਇਹ ਬਣਾਤੇ ਹੈ ਫਿਲਿੰਗ ਕਰਤੇ ਹੈ ਇਸਕੇ ਅੰਦਰ ਪਿਆਜ਼ ਪਨੀਰ ਔਰ ਧਨੀਆ ਕੇ ਇਲਾਵਾ ਕੁਛ ਨਹੀਂ ਹੈ ਔਰ ਉਸਕੇ ਉੱਪਰ ਇਹਨਾਂ ਨੇ ਜੋ ਕੌਰਨ ਕਾ ਮਸਾਲਾ ਲਗਾਇਆ ਆਪਕੇ ਸਾਹਮਣੇ ਔਰ ਉਸਕੇ ਬਾਅਦ ਇਸਕੋ ਫਰਾਈ ਕਰ ਦਿਆ ਬਹੁਤ ਬੜੀਆ ਆ ਰਹਾ ਔਰ ਇਤਨਾ ਸੌਫਟ ਹੈ ਨਾ ਮਤਲਬ ਅਭੀ ਤੱਕ ਤੋ ਇਹ ਬਹੁਤ ਬੈਸਟ ਜਾ ਰਿਹਾ ਭਾਈ ਤੋ ਆਗੇ ਚਲਤੇ ਹੈ ਤੰਦੂਰੀ ਮੋਮੋਸ ਕੀ ਤਰਫ ਫਟਾਫਟ ਔਰ ਪੰਜਾਬੀ ਬੰਦੇ ਯਾਰ ਹੱਥ ਸੇ ਉਠਾਤੇ ਹੈ ਔਰ ਇਸਕੋ ਟਰਾਈ ਕਰਤੇ ਹੈ ਭਾਈ ਤੰਦੂਰੀ ਮੋਮੋਸ ਇਕਦਮ ਬੜੀਆ ਤਰੀਕੇ ਸੇ ਪਹਿਲੇ ਤੋ ਇਹ ਮੋਮੋਸ ਕੋ ਸਟੀਮ ਕਰਤੇ ਹੈ ਔਰ ਉਸਕੇ ਬਾਅਦ ਅਗਰ ਫਰਾਈ ਕਰਨੇ ਹੋ ਤੋ ਫਰਾਈ ਵੀ ਕਰਤੇ ਹੈ ਔਰ ਤੰਦੂਰ ਮੇਂ ਵੀ ਡਾਲਤੇ ਯਾਨੀ ਡਬਲ ਆਪਕੋ ਇਹ ਡਬਲ ਵਾਰ ਪੱਕੇ ਆਪਕੋ ਜੋ ਮੋਮੋਸ ਮਿਲਤਾ ਹੈ ਤੋ ਉਸਕਾ ਜੋ ਉੱਪਰ ਕਾ ਸਟਫ ਹੈ ਇਕਦਮ ਪੱਕ ਜਾਤਾ ਹੈ ਔਰ ਉਸਕਾ ਜੋ ਸਵਾਦ ਆਤਾ ਹੈ ਬਹੁਤ ਬੜੀਆ ਆਤਾ ਹੈ ਔਰ ਇਸ ਮੋਮੋਸ ਮੇਂ ਵੀ ਸੇਮ ਪਨੀਰ ਔਰ ਪਿਆਜ਼ ਕੀ ਸਟਫਿੰਗ ਹੈ ਬਹੁਤ ਓਕੇ ਰਿਪੋਰਟ ਹੈ ਮੈਂ ਮਨਚੂਰੀਅਨ ਵਾਲਾ ਟਰਾਈ ਕਰਤਾ ਹੂੰ ਇਸਮੇਂ ਮਿਕਸ ਵੈਜ ਕੀ ਵੋ ਹੈ ਹਮ ਇਸਕੋ ਥੋੜ੍ਹਾ ਟਰਾਈ ਕਰਤੇ ਹੈ ਨਾਈਸ ਮਤਲਬ ਓਕੇ ਰਿਪੋਰਟ ਹੈ ਔਰ ਹਮ ਲਾਸਟ ਰਹਿ ਗਏ ਹਮਾਰਾ ਨੂਡਲਸ ਤੋ ਨੂਡਲਸ ਟਰਾਈ ਕਰਤੇ ਹੈ ਆਪ ਕਰੋ ਨੂਡਲਸ ਟਰਾਈ ਵੋ ਚਮਚ ਸੇ ਕਰ ਲੋ ਇਸਮੇਂ ਬੜਾ ਕੁਝ ਡਾਲਾ ਹੋਇਆ ਇਹਨਾਂ ਨੇ ਕਿਆ ਕਿਆ ਡਾਲਾ ਹੋਇਆ ਥੋੜ੍ਹਾ ਬਤਾਓ ਹਮੇ ਵੀ ਔਰ ਗੋਭੀ ਬ੍ਰੋਕਲੀ ਓਹੋ ਓਹੋ ਔਰ ਸ਼ਿਮਲਾ ਮਿਰਚ ਓਕੇ ਬੇਬੀ ਕੌਰਨ ਤੁਮ ਬਤਾਓ ਮੈਂ ਖਾਤਾ ਹੂੰ ਨਾਈਸ ਪੰਜਾਬੀ ਚ ਕੀ ਕਹਿੰਦੇ ਹੈ ਕੈਂਟ ਕੈਂਟ ਹੋਰ ਮਹਿੰਗਾ ਕੰਮ ਹੋ ਗਿਆ ਮਹਿੰਗਾ ਕੰਮ ਹੋ ਗਿਆ ਤੋ ਦੋਸਤੋ ਬਹੁਤ ਬੜੀਆ ਲਗਾ ਮੇਰੇ ਕੋ ਯਹਾਂ ਪੇ ਫੂਡ ਆਪ ਵੀ ਯਹਾਂ ਪੇ ਆਏ ਇਨਕੀ ਲੋਕੇਸ਼ਨ ਔਰ ਐਡਰੈਸ ਮੈਂ ਡਿਸਕ੍ਰਿਪਸ਼ਨ ਮੈਂ ਡਾਲ ਦੂੰਗਾ ਬਹੁਤ ਬੜੀਆ ਲਗਾ ਮੇਰੇ ਕੋ ਯਹਾਂ ਪੇ ਆ ਕੇ ਆਪ ਵੀ ਯਹਾਂ ਪੇ ਆਓ ਔਰ ਮੁਝੇ ਬਤਾਓ ਕਮੈਂਟਸ ਮੈਂ ਕਿ ਆਪਕੋ ਕੈਸਾ ਲਗਾ ਮੈਂ ਆਪਕੇ ਲਈ ਔਰ ਐਸੀ ਜਗ੍ਹਾ ਪੇ ਜਾਤਾ ਰਹੂੰਗਾ ਅਭੀ ਕੇ ਲਈ ਇਤਨਾ ਹੀ
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।